ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 6 ਤਰੀਕ ਦੂਸਰਾ ਮਹੀਨਾ 2021 ਅਸੀਂ ਪਿੰਡ ਜਮਸ਼ੇਰ ਦੇ ਵਾਸੀ ਇੱਥੇ ਪ੍ਰਣ ਕਰਦੇ ਹਾਂ ਕਿ ਅੱਜ ਤੋਂ ਬਾਅਦ ਜਮਸ਼ੇਰ ਦੇ ਵਿੱਚ ਜਦ ਤੱਕ ਕਿਸਾਨੀ ਅੰਦੋਲਨ ਸਮਾਪਤ ਨਹੀਂ ਹੁੰਦਾ, BJP RSS 3 ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤੱਕ ਸਾਡੇ ਨਗਰ ਜਮਸ਼ੇਰ ਖਾਸ ਵਿੱਚ BJP ਅਤੇ RSS ਦੇ ਕਿਸੇ ਜੰਟ ਨੂੰ ਆਉਣ ਨਹੀਂ ਦੇਵਾਂਗੇ। BJP RSS ਦੀ ਕੋਈ ਮੀਟਿੰਗ ਨਹੀਂ ਹੋਣ ਦੇਵਾਂਗੇ। ਸਾਰੇ ਵੀਰਾਂ ਨੂੰ, ਪੰਜਾਬ ਭਾਰਤ 'ਚ ਵੱਸਦੇ ਹਰ ਕਿਸਾਨੀ ਨੂੰ ਇਹ ਹੱਥ ਜੋੜ ਕੇ ਬੇਨਤੀ ਆ ਕਿ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ, ਆਉਣ ਵਾਲੇ ਦਿਨਾਂ 'ਚ ਇੱਦਾਂ ਦੀ ਮੁਹਿੰਮ ਚਲਾ ਦਿਓ ਕਿ ਪੰਜਾਬ ਦੇ ਹਰ ਪਿੰਡ ਦੇ ਬਾਹਰ ਇਹਦੇ ਨਾਲ ਦੀ ਫਲੈਕਸ ਲੱਗੀ ਹੋਵੇ। BJP ਅਤੇ RSS ਦੇ ਕਿਸੇ ਵੀ ਲੀਡਰ ਦਾ ਇਸ ਪਿੰਡ ਵਿੱਚ ਆਉਣਾ ਮਨਾ ਹੈ। ਜੇ ਕੋਈ ਲੀਡਰ ਇੱਥੇ ਜਮਸ਼ੇਰ ਵਿੱਚ ਐਂਟਰ ਹੋਵੇਗਾ, ਉਹਦਾ ਜ਼ਿੰਮੇਵਾਰ ਖੁਦ ਅਤੇ ਪ੍ਰਸ਼ਾਸਨ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 6 ਤਰੀਕ ਦੂਸਰਾ ਮਹੀਨਾ 2021 ਅਸੀਂ ਪਿੰਡ ਜਮਸ਼ੇਰ ਦੇ ਵਾਸੀ ਇੱਥੇ ਪ੍ਰਣ ਕਰਦੇ ਹਾਂ ਕਿ ਅੱਜ ਤੋਂ ਬਾਅਦ ਜਮਸ਼ੇਰ ਦੇ ਵਿੱਚ ਜਦ ਤੱਕ ਕਿਸਾਨੀ ਅੰਦੋਲਨ ਸਮਾਪਤ ਨਹੀਂ ਹੁੰਦਾ, BJP RSS 3 ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤੱਕ ਸਾਡੇ ਨਗਰ ਜਮਸ਼ੇਰ ਖਾਸ ਵਿੱਚ BJP ਅਤੇ RSS ਦੇ ਕਿਸੇ ਜੰਟ ਨੂੰ ਆਉਣ ਨਹੀਂ ਦੇਵਾਂਗੇ। BJP RSS ਦੀ ਕੋਈ ਮੀਟਿੰਗ ਨਹੀਂ ਹੋਣ ਦੇਵਾਂਗੇ। ਸਾਰੇ ਵੀਰਾਂ ਨੂੰ, ਪੰਜਾਬ ਭਾਰਤ 'ਚ ਵੱਸਦੇ ਹਰ ਕਿਸਾਨੀ ਨੂੰ ਇਹ ਹੱਥ ਜੋੜ ਕੇ ਬੇਨਤੀ ਆ ਕਿ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ, ਆਉਣ ਵਾਲੇ ਦਿਨਾਂ 'ਚ ਇੱਦਾਂ ਦੀ ਮੁਹਿੰਮ ਚਲਾ ਦਿਓ ਕਿ ਪੰਜਾਬ ਦੇ ਹਰ ਪਿੰਡ ਦੇ ਬਾਹਰ ਇਹਦੇ ਨਾਲ ਦੀ ਫਲੈਕਸ ਲੱਗੀ ਹੋਵੇ। BJP ਅਤੇ RSS ਦੇ ਕਿਸੇ ਵੀ ਲੀਡਰ ਦਾ ਇਸ ਪਿੰਡ ਵਿੱਚ ਆਉਣਾ ਮਨਾ ਹੈ। ਜੇ ਕੋਈ ਲੀਡਰ ਇੱਥੇ ਜਮਸ਼ੇਰ ਵਿੱਚ ਐਂਟਰ ਹੋਵੇਗਾ, ਉਹਦਾ ਜ਼ਿੰਮੇਵਾਰ ਖੁਦ ਅਤੇ ਪ੍ਰਸ਼ਾਸਨ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।